ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 27ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਜਿਹੜਾ ਪੰਡਾ ਸਖਾਣ ਜਾ ਰਹੇ ਆ ਇਹ ਮਲਵਈ ਪੰਗੜੇ ਵਾਲਾ ਪੰਡਾ ਹੈ ਇਹਦੇ ਵਿੱਚ ਤੁਸੀਂ ਮੇਰੇ ਵੀਰੋ ਤੁਸੀਂ ਦੇਖ ਸਕਦੇ ਹੋ ਆਪਾਂ ਥੋੜਾ ਜਿਆ ਜ਼ਿਆਦਾ ਵਧੀਆ ਸਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਐਕਚੁਅਲ ਦੇ ਵਿੱਚ ਮਲਵਈ ਪੰਗੜੇ ਦੇ ਵਿੱਚ ਸਜਾਇਆ ਜਾਂਦਾ ਹੈ ਨਾ ਪਰ ਨਾ ਉਹ ਜਿਹੜਾ ਜਸਵਿੰਦਰ ਭੱਲਾਈ ਨੇ ਸਜਾਇਆ ਉਹ ਪੰਡਾ ਥੋੜਾ ਜ ਬਟ ਕਈ ਜਗ੍ਹਾ ਤੇ ਉਹਨਾਂ ਨੇ ਅਲੱਗ ਤਰੀਕੇ ਨਾਲ ਲੜ ਲਾਇਆ ਕਈ ਜਗ੍ਹਾ ਤੇ ਅਲੱਗ ਤਰੀਕੇ ਨਾਲ ਲੜ ਲਾਇਆ ਉਹਨਾਂ ਨੇ ਆਪਣੇ ਰੋਲ ਦੇ ਹਿਸਾਬ ਨਾਲ ਪੜਨਾ ਸਜਾਇਆ ਹੁੰਦਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਇੱਕ ਇੱਕ ਛੋਟੀ ਛੋਟੀ ਡਿਟੇਲ ਮਗਰ ਤੁਹਾਨੂੰ ਪੜਨੇ ਦੀ ਵੀਡੀਓ ਪੂਰੀ ਦਮਾਂ ਅਲੱਗ-ਅਲੱਗ ਮੈਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਸਾਰੀ ਚੀਜ਼ਾਂ ਇੱਕੋ ਪੰਨੇ ਦੇ ਵਿੱਚ ਹੀ ਕਲੀਅਰ ਕਰ ਦੇਣੀ ਹੈ ਤੇ ਐਦਾਂ ਹੋਊਗਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਉਸ ਜਗ੍ਹਾ ਤੇ ਉਸ ਲੜ ਨੂੰ ਖਤਮ ਕਰ ਦੇਣਾ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਪੜਨੇ ਦੀ ਸਾਢੇ 3 ਮਿੰਟ ਦਾ ਪੰਨਾ ਆਪਣਾ ਇਹ ਡੱਬੀ ਵਾਲਾ ਪੜਨਾ ਹੈ ਨਵਾਂ ਹੀ ਲਿਆਂਦਾ ਸੀ ਉਹਨੂੰ ਡਾਇ ਜਿੱਥੇ ਲਾੜੇ ਦਾ ਖਤਮ ਹੋਊਗਾ ਮੈਂ ਉੱਥੇ ਖਤਮ ਕਰਕੇ ਦਿਖਾ ਦੇਣਾ ਤੁਹਾਨੂੰ ਠੀਕ ਹੈ ਜੀ ਆਹ ਦੇਖ ਲਓ ਆਪਣਾ ਪੰਨਾ ਇਹ ਜਿਹੜਾ ਤਾਂ ਅੱਗੇ ਵਾਲਾ ਹਿੱਸਾ ਉੱਪਰ ਰੱਖ ਕੇ ਇੱਕ ਕੰਨੀ ਤੋਂ ਫੜ ਕੇ ਤੁਸੀਂ ਇਹਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਇਸ ਤਰੀਕੇ ਨਾਲ ਦੇਖੋ ਜਿੱਦਾਂ ਅਸੀਂ ਫੋਲਡ ਕਰਦੇ ਹੁੰਦੇ ਹਾਂ ਨਾ ਕਿਸੇ ਚੀਜ਼ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਚਲੋ ਦੋ ਕੈਂਚ ਫੋਲਡ ਕਰੀ ਜਾਣਾ ਅੰਦਰ ਨੂੰ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਇਕੱਠਾ ਹੋਇਆ ਨਾ ਕਪੜਾ ਸਾਰਾ ਕਪੜਾ ਇਕੱਠਾ ਕਰ ਲੈਣਾ ਧਿਆਨ ਨਾਲ ਸਿੱਧਾ ਕਰਕੇ ਇਹਨੂੰ ਸਾਰੇ ਲੜ ਇਸ ਤਰ੍ਹਾਂ ਇਕੱਠੇ ਕਰਕੇ ਖੋਲ ਲੈਣੇ ਨੇ ਇਹ ਤੁਹਾਡਾ ਲੜ ਸਹੀ ਆ ਤੇ ਇਹਨੂੰ ਨੀਚਲੇ ਹਿੱਸੇ ਤੇ ਫੜ ਕੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਸਿਰ ਦੇ ਉੱਤੇ ਟਿਕਾ ਲੈਣਾ ਜਿੱਥੇ ਆਪਣਾ ਪਿਛਲੇ ਹਿੱਸੇ ਤੇ ਜੂੜੇ ਦੇ ਅੰਨ ਪਿੱਛੇ ਰੱਖਣਾ ਹੈ ਤੁਸੀਂ ਇਹਨੂੰ ਤੇ ਪਹਿਲਾ ਲੜ ਲਾਣਾ ਤੁਸੀਂ ਕੰਨੀ ਵਾਲੇ ਹਿੱਸੇ ਦੋਨੋਂ ਅੰਦਰ ਕਰ ਲੈਣੇ ਨੇ ਤੇ ਪਹਿਲਾ ਲੜ ਇਸ ਤਰੀਕੇ ਨਾਲ ਘੁਮਾ ਲੈਣਾ ਮੱਥੇ ਦੇ ਉੱਪਰੋ ਜੀ ਤੇ ਇਹ ਤੁਸੀਂ ਹਣ ਸਿੱਧਾ ਲਗਾਣਾ ਹੈ ਜਿਹਦੇ ਵਿੱਚ ਇਹ ਲੜ ਆ ਜਾ ਕਿਸਨੂੰ ਨਹੀਂ ਟਕਣਾ ਇਸ ਲੜ ਦੇ ਵਿੱਚ ਦੋਨੋਂ ਸਿੱਧਾ ਇਹ ਲੜ ਲਾ ਲੈਣਾ ਇਹ ਆਪਾਂ ਇੱਕ ਤਰ੍ਹਾਂ ਟੇਢੀ ਪਟਿਆਲਾ ਸ਼ਹੀਦ ਦਸਤਾਰ ਸੇ ਜਾਣੀ ਹੈ ਜਿਹਦੇ ਲੜ ਸੱਜੇ ਪਾਸੇੋਂ ਸ਼ੁਰੂ ਹੋਣੀ ਖੱਬੇ ਪਾਸੇ ਖਤਮ ਹੋਣੀ ਹੈ ਤੇਰੇ ਉੱਪਰਲੇ ਲੜ ਉੱਪਰ ਪਿਛਲੀ ਸਾਈਡ ਤੇ ਚੱਲ ਜਾਣੇ ਆ ਪਿੱਛੋਂ ਜੀ ਇਹ ਹੇ ਨੀਚੇ ਨੂੰ ਆਏਗਾ ਤੇ ਮੋਲੇ ਹਿੱਸੇ ਤੋਂ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਏਗਾ ਦੇਖੋ ਸੱਜੇ ਪਾਸੇੋਂ ਆਪਾਂ ਕਿਸ ਤਰੀਕੇ ਨਾਲ ਲੈ ਕੇ ਆ ਰਹੇ ਲੜ ਨੂੰ ਤੇ ਚੰਗੀ ਤਰ੍ਹਾਂ ਲਾਣਾ ਇੱਕ ਵਾਰੀ ਪਿੰਚ ਕਰਨਾ ਹੈ ਲੜ ਦਿਖਾਣੀ ਇਹਨਾਂ ਦੇ ਇੱਕ ਇੱਕ ਕਰਕੇ ਧਿਆਨ ਖੜਾਇਆ ਕਿ ਦੋਨੋਂ ਸਾਈਡਾਂ ਤੋਂ ਉੱਪਰਲੀ ਸਾਈਡ ਤੋਂ ਪਿੰਚ ਕਰਿਓ ਤੇ ਨੀਚਲੀ ਸਾਈਡ ਤੋਂ ਸੱਜੇ ਪਾਸੇੋਂ ਪਿੰਚ ਕਰਨਾ ਹੈ ਪਿੱਛੋ ਜੀ ਇਹ ਜਿੱਦਾਂ ਆਪਾਂ ਲੜ ਬਣਾਣੇ ਹੁੰਦੇ ਨੇ ਨਾ ਉਸੇ ਤਰੀਕੇ ਨਾਲ نیچے ਨੂੰ ਆਣਾ ਹੈ ਤੇ ਮੋਹਲੇ ਹਿੱਸੇ ਤੋਂ ਉੱਪਰ ਨੂੰ ਜਾਣਾ ਹੈ ਤੇ ਇਸ ਫਰਲੇ ਵਾਲੇ ਹਿੱਸੇ ਨੂੰ ਤੁਸੀਂ ਕੰਦੇ ਮੋਹਰੇ ਰੱਖਣਾ ਹੈ ਠੀਕ ਹੈ ਜੀ ਤੇ ਇਸ ਲੜ ਨੂੰ ਤੁਸੀਂ ਸਿੱਧਾ ਲੈ ਕੇ ਆਣਾ ਤੇ ਇੱਕ ਲੜ ਜਿਹੜਾ ਖਿੱਚ ਕੇ ਉਹਨੂੰ ਸਾਫ਼ ਕਰਕੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਸਾਰੇ ਲੜ ਲਗਾਣੇ ਆ ਤੁਸੀਂ ਤੇ ਇਸੇ ਤਰੀਕੇ ਨਾਲ ਤੁਸੀਂ ਇਸ ਲੜ ਨੂੰ ਪਿੱਛੇ ਤੱਕ ਪਿੰਚ ਕਰ ਦੇਣਾ ਇਹ ਥੋੜਾ ਲੜ نیچے ਨੂੰ ਚੱਲ ਜਾਣਾ ਪਿੱਛੋ ਜੀ ਤੇ ਅ ਤੇ ਮੇਰੇ ਵੀਰੋ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਕਿ ਇਹੇ ਪੰਨਾ ਕਈ ਜਣੇ ਨੇ ਸਜਾਇਆ ਜਿੱਦਾਂ ਅਮਰਿੰਦਰ ਗਿੱਲ ਵੀਰ ਨੇ ਆਪਣੀ ਅਸ਼ਕੇ ਮੂਵੀ ਦੇ ਵਿੱਚ ਉਹ ਜਿਹੜਾ ਪ੍ਰੈਕਟਿਸ ਕਰਦੇ ਹੁੰਦੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਪੰਨਾ ਸਜਾਇਆ ਹੁੰਦਾ ਲਗਭਗ ਇਦਾਂ ਦਾ ਇਹ ਮਰਜ਼ੀ ਹੁੰਦੀ ਕਿ ਤੁਸੀਂ ਲੜ ਕਿੱਥੇ ਕਿਦਾਂ ਖਤਮ ਕਰਨਾ ਹੈ ਤੁਹਾਡਾ ਮੈਂ ਜਿੱਦਾਂ ਮੈਨੂੰ ਸਹੀ ਲੱਗਾ ਨਾ ਮੈਂ ਤੁਹਾਨੂੰ ਉਦਾਂ ਸਜਾ ਕੇ ਦਿਖਾਤਾ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਥੋੜਾ ਟੇਡਾ ਕਰ ਸਕਦੇ ਹੋ ਹੋਰ ਜਾਂ ਤੁਸੀਂ ਲੜ ਮੂਹਰੇ ਹਿੱਸੇ ਤੇ ਖਤਮ ਕਰਨਾ ਹੈ ਉਸ ਹਿਸਾਬ ਨਾਲ ਤੁਹਾਨੂੰ ਸਾਈਜ਼ ਲੈਣਾ ਪੈਣਾ ਹੈ ਪਿਛਲੇ ਸਾਈਡ ਤੋਂ نیچے ਨੂੰ ਲੜ ਲੈ ਆ ਕੇ ਤੁਸੀਂ ਉੱਪਰੋਂ ਕੁਮੜਾ ਆਇਆ ਇਹ ਜਿਹੜਾ ਲੜ ਲਾਣਾ ਤੁਸੀਂ ਸੱਜੇ ਪਾਸੇ ਦੇਖੋ ਥੋੜਾ ਕੰਟਾ ਅਕੇ ਲਾਣਾ ਹੈ ਜਿੱਦਾਂ ਅਸੀਂ ਦਸਤਾਰ ਦਾ ਲੜ ਹੁੰਦਾ ਨਾ ਸੱਜੇ ਪਾਸੇ ਥੋੜਾ ਨੀਵਾ ਜਾਂਦਾ ਤੇ ਖੱਬੇ ਪਾਸੇ ਆਪਾਂ ਉੱਪਰੋਂ ਚਾਕੇ ਫੋਲਡ ਕਰਦੇ ਹੁੰਨੇ ਆ ਇਸੇ ਤਰੀਕੇ ਨਾਲ ਲਾਣਾ ਹੈ ਤੁਸੀਂ ਪਹਿਲਾਂ ਇਸ ਲੜ ਨੂੰ ਖੋਲ ਲੈਣਾ ਉੱਪਰੋਂ ਜੀ ਪਿੰਚ ਕਰਨਾ ਹੈ ਨਿਚਲੀ ਸਾਈਡ ਤੋਂ ਨੂੰ ਖੋਲ ਲੈਣਾ ਦੇਖੋ ਇਹਨਾਂ ਕੋ ਖੋਲ ਕੇ ਅੱਧਾ ਇੱਕ ਕੰਟਾ ਅਕੇ ਇੱਕ ਵਾਰੀ ਇੱਥੇ ਫੋਲਡ ਕਰ ਦੇਣਾ ਜਿੱਥੇ ਤੁਹਾਡੇ ਕੰਨ ਦੇ ਐਣ ਕੋਲੋਜੀ ਉੱਪਰਲੀ ਸਾਈਡ ਤੋਂ ਥੋੜਾ ਮੋਹਰੇ ਹਿੱਸੇ ਤੋਂ ਉੱਥੋਂ ਫੋਲਡ ਕਰਨਾ ਹੈ ਠੀਕ ਹੈ ਇਹ ਨਾਲ ਤੁਹਾਡਾ ਅੱਧਾ ਕੰਟ ਕਰ ਦੇਊਗਾ ਤੇ ਸੱਜੇ ਪਾਸੇ ਇਸ ਲਾੜ ਨੂੰ ਚੰਗੀ ਤਰ੍ਹਾਂ ਗੁਲਾਈ ਨਾਲ ਲਾ ਕੇ ਸਾਰੇ ਲਾੜ ਇੱਕੋ ਜਗ੍ਹਾ ਤੇ ਤੁਸੀਂ ਖਤਮ ਕਰ ਦੇਣੇ ਨੇ ਤੇ ਇਦਾਂ ਤੁਹਾਡਾ ਪੰਨਾ ਕੰਪਲੀਟ ਹੋ ਜਾਊਗਾ ਦੇਖੋ ਮੇਰਾ ਪੰਨੇ ਦਾ ਜਿਹੜਾ ਲਾੜਾ ਕਿੱਥੇ ਖਤਮ ਹੋਇਆ ਨਾ ਮੈਂ ਇਹਨੂੰ ਇੱਥੇ ਹੀ ਅੰਦਰ ਦੇ ਲੈਣਾ ਹੈ ਠੀਕ ਹੈ ਜੇ ਤੁਹਾਡਾ ਖੱਬੇ ਪਾਸੇ ਕਿਤੇ ਵੀ ਹੋਰ ਜਗ੍ਹਾ ਤੇ ਖਤਮ ਹੁੰਦਾ ਤਾਂ ਤੁਸੀਂ ਉੱਥੇ ਲੜ ਦੇ ਦੇਣਾ ਸੀਗਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਤੇ ਮੇਰੇ ਵੀਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਕਰੋ ਤੇ ਆਪਣੇ ਜਰੂਰੀ ਕਮੈਂਟ ਜਰੂਰ ਦਿਆ ਕਰੋ ਹੁਣ ਆਪਾਂ ਕੀ ਕਰਨਾ ਹੈ ਉੱਪਰਲੇ ਹਿੱਸੇ ਤੋਂ ਇੱਕ ਲੜ ਫੜ ਕੇ ਖਿੱਚ ਲੈਣਾ ਮੂਹਲੇ ਹਿੱਸੇ ਤੱਕ ਤੇ ਇਹਨਾਂ ਸਾਡਾ ਜਿਹੜਾ ਸੇਰਾ ਚੰਗੀ ਤਰ੍ਹਾਂ ਠਕਿਆ ਜਾਊਗਾ ਸੇਨ ਨੂੰ ਠਕਣ ਤੋਂ ਬਾਅਦ ਚੋਂ ਤੁਸੀਂ ਜੇ ਇਸ ਵੀਡੀਓ ਨੂੰ ਵਧੀਆ ਸਮਝਦੇ ਹੋ ਤਾਂ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਜਰੂਰੀ ਸੁਜੈਸ਼ਨ ਜਰੂਰ ਦਿਓ ਜੇ ਕੋਈ ਦਸਤਾਰ ਦੇ ਵਿੱਚ ਕਮੀ ਪੇਸ਼ੀ ਰਹੀ ਹੋਵੇ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਜਾਂ ਪੁੱਛ ਸਕਦੇ ਹੋ ਸਾਨੂੰ ਕਮੈਂਟ ਰਾਹੀਂ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟਾਂ ਦੇ ਜਲਦੀ ਤੋਂ ਜਲਦੀ ਜਵਾਬ ਦੇਣ ਦੇ ਸਲਾਈ ਦੀ ਹੈਲਪ ਨਾਲ ਤੁਸੀਂ ਜੇ ਕਿਸੇ ਲੜ ਦੇ ਵਿੱਚ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਉਹਨੂੰ ਹੁਣੇ ਹੀ ਦੂਰ ਕਰ ਸਕਦੇ ਹੋ ਤੁਸੀਂ ਇਸ ਫੱਲੇ ਨੂੰ ਤੁਸੀਂ ਖੋਲ੍ਹ ਸਕਦੇ ਹੋ ਤੇ ਨਵਾਂ ਹੋਣ ਦੇ ਕਾਰਨ ਇਹਦੇ ਵਿੱਚ ਧਾਗੇ ਬੜੇ ਨਿਕਲਦੇ ਪਏ ਸੀ ਪਤਾ ਨਹੀਂ ਕਿਉਂ ਇਹ ਥੋੜਾ ਮੈਨੂੰ ਸਹੀ ਨਹੀਂ ਲੱਗਾ ਇਸ ਚੀਜ਼ ਲਈ ਤੇ ਬਾਕੀ ਹੁਣ ਤੁਸੀਂ ਹਰੇ ਕਿਸੇ ਤੋਂ ਦੇਖ ਲਓ ਕਿ ਜੇ ਤੁਹਾਡਾ ਲੜ ਇੱਥੇ ਖਤਮ ਹੁੰਦਾ ਆਪਾਂ ਇੱਥੇ ਦੇ ਦੇਣਾ ਸੀ ਜੇ ਉੱਪਰ ਖਤਮ ਹੁੰਦਾ ਤਾਂ ਇੱਥੇ ਕਰ ਦੇਣਾ ਸੀ ਅੰਦਰ ਜੇ ਹੁਣ ਸਾਡਾ ਪਿੱਛੇ ਖਤਮ ਹੋਇਆ ਤਾਂ ਸੀ نیچے ਦੇ ਤਾ ਇੱਥੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰਨਾ ਹੈ ਜਿੱਥੇ ਤੁਹਾਡਾ ਪੰਨਾ ਖਤਮ ਹੋਵੇ ਉੱਥੇ ਤੁਸੀਂ ਉਹਨੂੰ ਸੈਟਲ ਕਰ ਦੇਣਾ ਹੈ ਤੇ ਹੁਣ ਅਸੀਂ ਤੁਹਾਨੂੰ ਹਰੇ ਕਿਸੇ ਤੋਂ ਪੰਨੇ ਨੂੰ ਦਿਖਾਵਾਂਗੇ ਪਹਿਲਾਂ ਤਾਂ ਫਰੰਟ ਤੋਂ ਦੇਖੋ ਲੁੱਕ ਉਦਾਦੀ ਹੋਈ ਆਪਣੀ ਸੇਮ ਐਜ਼ ਇਟ ਇਜ਼ ਬਸ ਅਸੀਂ ਲੜਾ ਜਿਹੜੇ ਥੋੜੀ ਜਿਹੀ ਸੱਜੇ ਪਾਸੇ ਸ਼ੁਰੂ ਕੀਤੇ ਆ ਮੋਲੇ ਹਿੱਸੇ ਤੇ ਸਾਰੇ ਲੜ ਦਿਖਾਏ ਤੇ ਖੱਬੇ ਪਾਸੇ ਵੀ ਦੇਖ ਠੀਕ ਹੈ ਤੇ ਪਿਛਲੇ ਹਿੱਸੇ ਤੋਂ ਵੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਥੋੜਾ ਫਲਫੀ ਫਲਫੀ ਰੱਖਿਆ ਨਾ ਤਾਂ ਆਪਾਂ ਗਿੱਲਾ ਕੀਤਾ ਹੈ ਪੰਨਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਪੰਨਾ ਕਿਹੋ ਜਿਹਾ ਲੱਗਿਆ ਤੇ ਹੁਣ ਮੇਰੇ ਵੀਰੋ ਜਿਹੜੇ ਵੀ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਨਵੀਂ ਵੀਡੀਓ ਡਿਸਕ੍ਰਿਪਸ਼ਨ ਚ ਜਾ ਹੀ ਬਟਨ ਤੇ ਜਾ ਕੇ ਦੇਖ ਸਕਦੇ ਹੋ ਹੁਣ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ